एक के हाथ में बंदूक होना और दूसरे के हाथ में छड़ी होना और डट्टू का पैंट पहनना और वो भी खाकी रंग की। सिर्फ मैनू इना दसते उस रात तेरे नाल कुड़ी कौन सी? मैं मेरे नाल बीवी सी जी मेरी, मैं याद आ गया, मैं मरी गया सा हनीमून मनाना सा। अच्छा तेरे नाल तेरी बीवी सी जी? इनू मार दा दस। उस रात एक सुनियारे करो फराड करके एक औरत ने एक किलो सोना हथिया लिया और सन शक के कि तेरी बीवी है। नहीं भाई जान, मेरी बीवी ने हरकत नहीं की थी और ना यो कर सकती है, कोई और वारदात होनी। कोई ऐसी गल नहीं, तुसी भाभी ने मिलाओ, ऐसी शक्ल देख के चले जाओ। हां भाभी करनी है के ताडे। ए किथे गए ने जी? वो कमेटी देन गए ने। कितनी देर बाद आ जाएंगे? दो को दिन बाद आ जाएंगे। वो कमेटी कराची दे वास्ते गए ने? नहीं जी, जेडी माई अल कमेटी पाई वो कराची गई है। चलो असि दो दिन तक इतनी बैठे, जो आगे मिलके जावांगे। भाई जी मेरी गल नहीं, बड़ी गल है। आ ही गए मैट्रिक ते कर लैन देना सी, ब्याह ही कर लिए। ये क्या जोड़ी है, एक तरफ शुतर मुर्ग एक तरफ देसी मुर्गी। असल जी भाई, भाई जी ये मेरी छोटी बहन है। ओहो सॉरी सॉरी सॉरी। मन ते कुछ समझ नहीं आ रही, तुसी भाभी नाल की सलूक कीता है? मल्ले वाले की कहेंगे? हुन ते घर च पुलिसां भी आ लगदियां। उपर ला भाभी दो दिन तो घर क्यों नहीं आए? ओ यस, तू ते घर से कमेटी देन गई है, दो दिन तो पंचायत घर च नहीं आई। यकीन नहीं हुई कार हो सकता है। मैंने कहा दस है ਅਸੀਂ ਨਾਲ ਵਾਲੇ ਥਾਣੇ ਦੇ ਵਿੱਚੋਂ ਆਏ ਆ, ਜੇ ਵੀ ਪਰਚਾਈ ਆਵੇ ਹੁਣ ਸਾਡੇ ਨਾਲ ਬਾਰੇ ਗੱਲ ਕਰਾਈ, ਅਸੀਂ ਉਹਦੀ ਸ਼ਕਲ ਵੇਖਣਾ ਚਾਹਦੇ ਆ, ਜੇ ਵੀ ਆਵੇ ਸਾਨੂੰ ਫੌਰਨ ਟੈਲੀ। ਅਸਲ ਜੀ ਮੈਂ ਤੁਹਾਨੂੰ ਮੈਂ ਦੱਸਿਆ, ਛੋਟੀ ਭੈਣ ਨੇ ਮੇਰੀ ਤੇ ਜਨਾਬ, ਅਸੀਂ ਹੈਰਤਮੰਦ ਲੋਕ ਆ, ਜਿਵੇਂ ਤੁਹਾਡੀ ਭੈਣ ਹੈ ਉਸੇ ਤਰ੍ਹਾਂ ਇਹਦੀ ਭੈਣ ਹੈ। ਮੈਂ ਕਿਹੜਾ ਤੋਂ ਭਾਈ ਜਾਨ, ਮੁੰਡੇ ਤਾਂ ਤਾਂ ਬਹੁਤ ਕਹਿ ਰਹੇ, ਇੱਕ ਤਾਂ ਵਿਆਹ ਲੇਟ ਹੋਇਆ, ਉਹ ਬੁੱਢੀ ਨੂੰ ਗਵਾ ਦਿੱਤਾ। ਕਿੰਨੀ ਚੰਗੀ ਸੀ ਮੇਰੀ ਭਾਬੀ, ਕਿੰਨਾ ਫਿਕਰ ਸੀ ਉਹਨੂੰ ਮੇਰਾ, ਕਹਿੰਦੀ ਸੀ ਤੇਰੇ ਵਾਸਤੇ ਐਡਾ ਸੋਹਣਾ ਮੁੰਡਾ ਲੱਭਿਆ। ਇਹ ਮੇਰਾ ਖਿਆਲ ਹੈ ਤੈਨੂੰ ਭਾਬੀ ਦੀ ਫਿਕਰ ਨਹੀਂ, ਤੈਨੂੰ ਸੋਹਣੇ ਮੁੰਡੇ ਦੀ ਫਿਕਰ ਪਈ ਹੈ। ਤੇ ਜ਼ਾਹਰ ਹੈ, ਚਪੇੜ ਮਾਰ ਦੇਣੀ ਮੈਂ ਤੈਨੂੰ। ਹਾਂ ਜੀ ਭਾਈ ਜਾਨ, ਮੈਂ ਮੇਰੇ ਮੂੰਹ ਤੇ ਚਪੇੜ ਮਾਰੀ। ਆਰਾਮ ਨਾਲ ਇੱਥੇ ਬਹਿ ਜਾ, ਮੈਂ ਲੱਤਾਂ ਤੋੜ ਦੇਣੀ ਹੈ ਤੇਰੀਆਂ। ਹਾਂ ਜੀ ਭਾਈ ਜਾਨ, ਨੇ ਮੇਰੀ ਲੱਤਾਂ ਤੋੜ ਦਿੱਤੀਆਂ। ਜਾ ਥਾ ਮਾਰ ਛੱਡਾਂ ਲਈ। ਹਾਂ ਜੀ ਭਾਈ ਜਾਨ, ਨੇ ਮੈਨੂੰ ਜਾਨਾ ਮਾਰਨਾ। ਇਹ ਮਰਨ ਤੋਂ ਬਾਅਦ ਦੱਸਣ ਲਈ ਐਲਾਨ ਵੀ ਮਸੀਹ ਤੇ ਜਾ ਕੇ ਆਪਣਾ ਆਪ ਕਰਾਇਆ। ਹਜ਼ਰਤ ਮੈਂ ਫੌਤ ਹੋ ਗਈ ਹੂੰ, ਮੇਰਾ ਜਨਾਜ਼ਾ ਇਸ਼ਾ ਕੇ ਬਾਅਦ ਹੈ। ਵੁਜ਼ੂ ਘਰੋਂ ਕਰਕੇ ਆਣਾ, ਮਸਜਿਦ ਕੀ ਮੋਟਰ ਖਰਾਬ ਹੈ। ਅੱਬਾ ਜੀ ਔਰ ਕੀ ਹੋ ਗਿਆ? ਕੌਣ ਸਾ ਕਾ ਹੈ? ਓ ਹੋ, ਬੜੀ ਤੇਜ਼ੀ ਸੇ ਜਾ ਰਹਾ ਬੈਰੀ ਜਹਾਜ਼। ਮਾਈ ਗੋਡ, ਅੱਬਾ ਜੀ ਕੋਠੇ ਤੇ ਤੁਸੀਂ ਜਾਓ। ਹਾਂ, ਸਾਰੇ ਮਹੱਲੇ ਦੇ ਮੁੰਡੇ ਬੂਹੇ ਕੇ ਇਕੱਠੇ ਹੋਏ ਨੇ ਤੁਹਾਡੇ ਕੋਠੇ ਤੇ ਜੇਲ੍ਹ ਨੇ। जो मैं उतर ना पौड़ियां ज्यादा चिट्टियां हुई नहीं है, कल दूसरा रंग करवा। अबा जी एवं लगी नहीं मारी चपेट, अरे मैं क्या ये रोल लग भाई है। आगा मसूद अली रोशन के घर भाई फैन को मारेगा? अब्बा जी आगा मसूद अली तक तो ठीक है, कोई रोशन ना गया करो, मुंडे छेड़ देने मैंने। अब्बा जी मैं तो निकाल दसा, अब्बा जी घर च पुलिस आई सी, पूछा ना। पुलिस हमारे घर में? अब्बा जी क्यों आई पुलिस? अब्बा जी हनीमून मनाने से मरी गए सर, मैं तेरे बिना तेरा शनाख्ती कार्ड डिग पिया सी। ओथे एक वारदात होई है, किसी औरत ने ना जी किसी बंदे को किलो सोना खो लिया जी। किलो सोना होता है? ਤੁਹਾਡਾ ਕੀ ਖਿਆਲ ਹੈ, ਕਿਲੋ ਮਲੋਕ ਹੀ ਹੁੰਦੇ ਨੇ ਬਸ, ਸੋਨਾ ਵੀ ਹੁੰਦਾ ਆਪੂ। ਤੂੰ ਕੀ ਕਰਨ ਗਿਆ ਮਰੀ, ਤੂੰ ਕੀ ਲੈਣ ਗਿਆ ਮਰੀ ਉੱਤੇ? ਅੱਬਾ ਜੀ ਹਨੀਮੂਨ ਮਨਾਉਣ ਗਏ ਸੀ। ਹਨੀਮੂਨ ਮਨਾ ਗਏ ਸਾ, ਉੱਥੇ ਫੈਮਲੀਆਂ ਮਿਲਦੀ, ਫੈਮਲੀਆਂ ਫਿਰਦੀਆਂ, ਪਿਆਰੀਆਂ ਪਿਆਰੀਆਂ ਨਿੱਕੇ ਨਿੱਕੇ ਬੱਚੇ ਫਿਰਦੇ, ਤੂੰ ਵਿੱਚ ਵੱਖਰਾ ਲਗੜ ਪਗਾ ਫਿਰਨ ਡਿਆ ਹੈਗਾ। ਇੱਧਰ ਜਾ ਕੇ ਛਾਂਗੇ ਮੰਗੇ ਜਾ ਕੇ, ਉੱਥੇ ਦਰਖਤਾਂ 'ਚ ਵੱਜ ਕੇ ਤੇ ਮੈਨੂੰ ਵੀ ਆਵਾਜ਼ ਆਵੇ। ਮੈਨੂੰ ਵੀ ਪਤਾ ਤੁਸੀਂ ਜਿਹੜਾ ਮਰੀ ਗਏ ਸਾ, ਮਰੀ ਗਏ ਸਾ ਨਹੀਂ ਮਰੀ, ਉੱਥੇ ਕਿਰਾਏ ਤੇ ਘੋੜਾ ਲੈ ਕੇ ਉਹਨੂੰ ਨਸਾ ਕੇ ਇੱਧਰ ਹੀ ਲੈ ਆਏ ਸਾ। ਮੈਂ ਆਪਣੀ ਆਪਣੀ ਹਿੰਮਤ, ਮੂੰਹ ਵੇਖਣਾ ਕਿੱਡਾ ਜਿਵੇਂ ਧੋਣ ਵਾਲੇ ਕੱਪੜੇ ਬੰਨੇ ਹੁੰਦੇ, ਮੂੰਹ ਵੇਖੋ ਇਹਦਾ। ਇਹਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਗੁੱਸਾ, ਸ਼ੁਰੂ ਤੋਂ ਹੀ ਗੁੱਸਾ। ਮੇਰੇ ਤੇ ਕਾਲਾ ਗੁੱਸਾ ਤੁਹਾਨੂੰ? ਇਹ ਜਦੋਂ 7ਵੀਂ ਕਲਾਸ ਸੀ ਉਦੋਂ ਹੀ ਮੇਰੇ ਜਿਹੜਾ ਹੋ ਗਿਆ ਸੀ। ਤੇ ਅੱਲਾ ਦਾ ਸ਼ੁਕਰ ਨਹੀਂ ਕਰਦੇ ਉਹ ਲਾਜ ਜਵਾਨ ਨਿਕਲਾਈ। ਉਹ ਮੈਂ ਖਵਾਇਆ ਪਿਆ ਹੈ ਨਹੀਂ ਗੋਸ਼ਤ, ਮੈਂ 15 ਦਿਨਾਂ ਬਾਅਦ ਪਕਾਉਣਾ ਸਾ, ਪਤਾ ਨਹੀਂ ਕਿਵੇਂ ਜਵਾਨ ਹੋ ਗਿਆ, ਬੇਟਾ ਸਾਰਾ ਹੋ ਗਿਆ। ਖਬਰ ਨਹੀਂ ਉਹ ਤਾਂ ਭੈਣ ਨੂੰ ਮਾਰਦਾ। ਚੱਲ ਜਾ ਦੌੜ ਜਾ ਅੰਦਰ, ਇੱਕ ਵਿਆਹ ਲੇਟ ਹੋਇਆ, ਉਹ ਤਾਂ ਭਾਬੀ ਨੂੰ ਕਿਤੇ
ਨਹੀਂ ਹੈ ਸਾਡਾ ਮਸਲਾ ਹੈਗਾ ਖਬਰਦਾਰ ਆ ਕੇ ਤੂੰ ਮਾਰਿਆ ਬਾਬਾ ਜੀ ਨਹੀਂ ਮਾਰਿਆ ਪੁਲਿਸ ਦੇ ਸਾਹਮਣੇ ਐਵੇਂ ਗੱਲਾਂ ਸ਼ੁਰੂ ਕਰਤੀਆਂ ਨਹੀਂ ਮਾਰਿਆ ਨਹੀਂ ਮਾਰਿਆ ਨਹੀਂ ਮਾਰਿਆ ਅੱਧੀਆਂ ਬਾਹਾਂ ਐਂ ਸਵਾ ਲੈਂਦਾ ਜਿਵੇਂ ਬੜਾ ਸਮਝਦਾਰ ਹੈ ਕੁੰਡ ਕੱਢ ਕੇ ਤੇ ਉਹ ਦੋ ਪੁਲਿਸ ਵਾਲੇ ਵਾਸਤੇ ਬੋਤਲਾਂ ਲੈ ਕੇ ਆਈਏ ਤੇਰੀ ਇੱਜ਼ਤ ਨੌਕਰਾਂ ਨਹੀਂ ਹੋ ਗਏ ਸਾਡੇ ਨਾਲ ਸੋਹਣੀ ਲੱਗਣੀ ਹੈ ਤੂੰ ਅੱਬਾ ਜੀ ਖੈਰ ਇਹ ਉਲਾਮਾ ਤੇ ਨਾ ਦਿਓ ਜਿੱਡੀ ਮਰਜ਼ੀ ਬਸੂਰੀ ਨੂੰ ਕਰਾਣੀ ਰੱਖ ਲਓ ਤੁਹਾਡੇ ਨਾਲ ਸੋਹਣੀ ਹੋਣੀ ਹੈ ਮੈਂ ਕਿਹਾ ਸਾਹਿਬ ਜੀ ਮੇਰਾ ਵੀ ਚਾਂਸ ਲੱਗ ਜਾਏ ਮੇਰਾ ਵੀ ਕਿਤੇ ਵਿਆਹ ਹੋ ਹੀ ਜਾਏ ਤੁਸੀਂ ਤੇ ਮੈਨੂੰ ਕਾਰਡ ਚ ਐਕਸਪਾਇਰ ਕਰ ਦੇਣਾ ਉਹ ਕਰ ਦਿੰਦੇ ਆ ਤੇਰਾ ਵਿਆਹ ਵੀ ਜਰਾ ਚੌਲ ਸਸਤੇ ਹੋ ਲੈਂਦੇ ਕਰ ਦਿੰਦੇ ਤੇਰਾ ਵਿਆਹ ਵੀ ਤੈਨੂੰ ਵਿਆਹ ਦੀ ਬੜੀ ਪਈ ਇੱਥੇ ਮਾਲਕਾਂ ਦੇ ਬੱਚਿਆਂ ਦੀ ਨਹੀਂ ਹੋਣੀ ਤੈਨੂੰ ਆਪਣੇ ਵਿਆਹ ਦੀ ਪਈ ਬੜੀ ਹੈ ਵਿਆਹ ਤੇ ਕਰ ਦੋ ਵਿਆਹ ਮੇਰਾ ਤੇ ਕਰ ਦੋ ਤੇਰਾ ਕਰ ਦਿੰਦੇ ਵਿਆਹ ਤੇਰਾ ਕਰ ਦਿੰਦੇ ਤੋਪਾ ਸਾਡੇ ਸਾਹ ਵੇਲ ਇੱਕ ਮੂੰਹ ਲੁਕਾ ਨਹੀਂ ਸਕਦਾ ਤੇ ਇੱਕ ਮੂੰਹ ਵਹਾ ਨਹੀਂ ਸਕਦਾ ਦੇਖਿਆ ਗੱਲ ਕਿੱਡੀ ਦੂਰ ਪਹੁੰਚ ਗਈ ਹੈ ਸਾਹਿਬ ਜੀ ਹਾਂਜੀ ਇਹ ਖੜਨਾ ਕੀ ਗੱਲ ਹੈ ਰੇ ਬੜੀਆਂ ਗੱਲਾਂ ਹੋ ਗਈਆਂ ਚਲੋ ਕੋਈ ਅੱਛੀ ਜੀ ਚੱਪਲ ਵਿਖਾਓ ਚੱਪਲ ਕਿਸ ਨੂੰ ਕਹਿ ਰਹੇ ਮੈਂ ਤੇ ਮੀਟਰ ਚੈੱਕ ਕਰਨਾ ਆ ਉਹ ਬਾਈ ਜਾਨ ਇਹ ਗਾਰੇ ਓਏ ਕਰ ਲਈ ਯਾਰ ਵੇਖ ਤੁਸੀਂ ਬੰਦੇ ਦੀ ਹਾਲਤ ਵੇਖ ਓ ਯਾਰ ਬੰਦੇ ਨੇ ਆਖਿਆ ਤੁਸੀਂ ਅੰਦਰ ਵੜੋਗੇ ਨਾ ਅੱਗੇ ਇਨਸਾਨ ਹੋਣਗੇ ਤੇ ਇਨਸਾਨ ਕਦੋਂ ਨੇ ਓ ਯਾਰ ਭਾਵੇਂ ਮੁਸੱਲੀ ਏ ਲੇਕਿਨ ਹੈ ਤੇ ਬੰਦਾ ਨਾ ਐ ਬਾਈ ਜਾਨ ਮਾਫ ਕਰਨਾ ਹਾਂ ਇਹ ਸਾਡੇ ਦੋਸਤ ਨੂੰ ਜ਼ਰਾ ਬੁਲਾ ਦਿਓ ਕਿਹੜੇ ਦੋਸਤ ਨੂੰ ਅਜ਼ੀਮ ਨੂੰ ਬੁਲਾ ਰਹੇ ਹਨ ਤੂੰ ਗਾਗਾ ਕੇ ਨਾ ਤੁਮ ਕੌਣ ਲੋਗੋ ਓਏ ਸਾਰੇ ਘਰ ਮੇ ਗਨਮੈਨ ਗਨਮੈਨ ਤੇਰੇ ਗਨਮੈਨ ਦੀ ਕੀ ਜ਼ਰੂਰਤ ਹੈ ਸਾਨੂੰ ਹੱਥ ਲਾ ਸੀ ਸੜ ਕੇ ਨਿਕਲ ਜਾਣਾ ਬਾਹਰ ਬੇਵਕੂਫਾ ਗੱਲ ਕਰੇ ਤੇ ਗੁੱਡੀ ਨਾ ਕਹਿੰਦਾ ਕੀ ਪੁਰਾਣੀ ਅਨਾਰਕਲੀ ਤੋਂ ਲਿਆ ਕੁਛ ਗਿਫਟ ਲੈ ਨੇ ਆਪਣੇ ਦੋਸਤ ਵਾਸਤੇ ਅੱਛਾ ਤੁਹਾਡੀ ਬੜੀ ਮਿਹਰਬਾਨੀ ਜੀ ਅਸੀਂ ਸੋਚਿਆ ਨਾਲ ਗਿਫਟ ਵੀ ਦੇਵਾਂਗੇ ਮੈਂ ਕਹਤਾ ਹੂੰ ਅੱਜ ਕੱਲ ਫਰਾਡ ਬੜੇ ਹੋ ਰਹੇ ਘਰੋਂ ਮੇਂ ਘੁਸ ਕੇ ਮੈਂ ਕਹ ਰਹਾ ਹੂੰ ਸਹੀ ਸਹੀ ਬਤਾ ਦੋ ਕੌਣ ਲੋਗੇ ਤੁਮ ਖੁਦਾ ਦਾ ਵਾਸਤੇ ਉਹ ਕੈਨੇਡਾ ਤੁਸੀਂ ਆਏ ਹੋ ਵਾਰਡ ਡਾਊਨ ਦੇ ਪੈਸੇ ਨਹੀਂ ਕੋ ਕੈਨੇਡਾ ਤੋਂ ਆਇਆ ਤੁਸੀਂ ਯਾਰ ਨਹੀਂ ਕਟਾਇਆ ਉਹਨੇ ਵੇ ਆਪ ਤੋਂ ਬੁਲਾਇਆ ਉਹ ਜਿੰਨੇ ਸਾਡੇ ਕੋਲ ਪੈਸੇ ਸਨ ਇੱਕ ਬੰਦੇ ਦੇ ਵਾਲ ਹੀ ਕੱਟੀ ਸਨ ਕੰਮ ਕਰ ਕੇ ਵਧਾ ਕੇ ਗੱਲ ਕਰ ਤੂੰ ਅੱਛਾ ਦਿਨ ਕਰਾਣੇ ਆਏ ਅਸੀਂ ਵਾਲ ਕਟਾਉਣ ਗਏ ਸਾਂ ਉਹਨਾਂ ਕੋਲ ਟਾਈਮ ਨਹੀਂ ਉਹਨਾਂ ਕੋਲ ਟਾਈਮ ਨਹੀਂ ਸੀ ਉਹਨਾਂ ਨੇ ਕੱਟ ਸਕਦੇ ਇੱਕ ਦਿਨ ਨਹੀਂ ਕੱਟ ਸਕਦੇ ਐਡੀ ਸਾਰੀ ਸੰਗਲੀ ਪਾਈ ਫਿਰ ਖੁੱਲਾ ਫਿਰਨ ਨੇ ਯਾਰ ਤੂੰ ਬੜੀ ਗੱਲ ਦੋ ਪੜੇ ਪਾਏ ਨੂੰ ਤੂੰ ਫਿਰ ਬਾਹਰ ਆ ਗਿਆ ਮੈਂ ਕਹਤਾ ਹੂੰ ਕੌਣ ਲੋਗੇ ਤੂੰ ਅਸੀਂ ਤਾਂ ਸੁਣ ਰਹੇ ਸੀ ਅਜ਼ੀਮ ਦੇ ਦੋਸਤ ਆ ਅਜ਼ੀਮ ਦੇ ਦੋਸਤ ਆ ਮੇਰਾ ਭਾਈ ਅਜ਼ੀਮ ਨੂੰ ਬੁਲਾ ਦਿਓ ਅਸੀਂ ਉਹਦੇ ਬਚਪਨ ਦੇ ਦੋਸਤ ਆ ਅੱਛਾ ਹਾਂਜੀ ਹਾਂਜੀ ਤੁਸੀਂ ਉਹ ਨਹੀਂ ਸੀ ਹੁੰਦੇ ਅੱਛਾ 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 ਹਾਂ ਅਜ਼ੀਮ ਮੇਰਾ ਪੁੱਤਰ ਹੈ ਅੱਲਾਹ ਹਾਂ ਉਹ ਲੱਖ ਲਾਨਤ ਹੈ ਮੇਰੇ ਮੂੰਹ ਤੇ ਬਈ ਉਹ ਮੈਂ ਤੇਰੇ ਪੁੱਤਰ ਨੂੰ ਯਾਰ ਬਣਾਇਆ ਤੇਰਾ ਬੱਚਾ ਹੈ ਇਹ ਦੋਸਤੀ ਤੋੜਨੀ ਪੈਣੀ ਹੈ ਸੋਹਣੀ ਇਹ ਕਿਹੜਾ ਕੰਮ ਹੋਇਆ ਬਈ ਪਿਓ ਵੈਸਟ ਇੰਡੀਜ਼ ਦਾ ਮਾਂ ਆਸਟ੍ਰੇਲੀਆ ਦੀ ਐਂਡ ਮੂੰਹ ਬਹੁਤਾ ਖਿਚੋਲਾ ਲੱਗਦਾ ਬੱਕਰੀ ਨੂੰ ਸ਼ੂਗਰ ਹੋਈ ਹੈ ਐਂਡ ਖਿਚੋਲਾ ਭਲਾ ਭਲਾ ਕਿਉਂ ਹੈਪੀ ਹੈ ਕਿਉਂ ਹੈਪੀ
ਵਰਲਡ ਕੱਪ ਇਹਨਾਂ ਦੇ ਮੁਲਕ ਚ ਹੋ ਰਿਹਾ ਹੈ ਨਾ پیو تو نہیں میں بانسری جی چواد آ گئی نہیں کٹو کتو میں تیرے منہ دے تے مار دے چلو کتو تے سب جان دے سنگلی تو گڈو کون نہیں گڈو تے پپو او تیرے بچپن دے یار اسی کینیڈا ٹر گئے سا اوے ہو او نکے نکے ہوندا او تہاڈا بیڑا کر دے اوے نہیں دیر بعد آیو جا یار اوے ایڈے ایڈے ہوندے سا اپ نو یاد ہے تو تے پنج چھ بھرا سا ایڈے ایڈے اپے دے پیچھے دوڑ دے ہوندے ہو تیرا پیو ادو بھی کہندا ہوندا سی اے میرا پتر وڈا ہو کے شکاری نکلے گا نمبردارا گھر گئے شادی پیا حکا اس نے حکے کا سوٹا کھچیا تلو سارا پانی پی گیا یاد محلے تماشا کرنے والا پٹاری دیکھی نکلے سپ یہ ویک سپ کہ سپ ریڑی کھلوتے وہ دکاندار نے پلے کھلانے لتاں چک کے مشین چ دے وہ تو شکر ہے میرا حادثہ نکل گیا نہیں تو دوے پاس دورا کر کے پھیر دے لگا بول رہے ہیں خدا دی قسم بولنا نہیں چاہیے میں اس گھر دے وچ ایک منٹ نہیں رہنا چاہتا کل صحیح کر رہے ہو بس بالکل یار تیرے نال تے کلام نہیں کرنی چاہیے کدی نہیں دوستی ہوندی کی ہے یار یار میں نہیں اس دے سامنے رہنا ایک منٹ بھی جا اندر سرانا لائے کے سرانا تے نہیں منگانے جو کرنے ایسے دے یار کس طرح اس بندے نے ذلالت کیتی ہے یو کین امیجن اٹ یس اوہ یار کی ہے تو سو صحیح یار تو اپنے شادی تے سانو سدیا ہی نہیں ساری زندگی ہر کام اس اکٹھا کیتا او شادی وکھری کر لئی ہے پوری کاریگر پراپر کام آؤں گا یار نہیں اگلا نہیں بس کی سلامی سلامی ہزار میرے والوں میرے بارے راجا کنے اگلے